ਨਜ਼ਰੀਨ ਅਸਲਾਮ ਵਾਲੇਕੁਮ। ਅਸਾਂ ਇਸ ਵਕਤ ਆਪਣੇ ਘਰ ਹੀ ਮੌਜੂਦ ਹਾਂ ਜੀ, ਦਾਣੇ ਪੇ ਸਾਫ ਕਰ ਰਹੇ ਹਾਂ। ਅਸਾਂ ਇਹ ਆਇਆ ਕਿ ਤੁਸਾਂ ਕੀ ਇਹ ਮਸ਼ੀਨ ਦੱਸੀ ਹੋਈ ਹੈ ਕਿ ਦਾਣੇ ਕਿਸ ਤਰ੍ਹਾਂ ਸਾਫ ਕਰਨੇ। ਵਾਕਈ ਇਹ ਤੋਂ ਨਾ ਮੱਟੀ ਅਸਾਂ ਇਤਨੀ ਤਕਰੀਬਨ ਜੋ ਜੀ ਮਿੱਟੀ ਹੈ ਜੀ ਇਹ ਖਾਈ ਜਾਣੀ ਹੈ ਹਰ ਸਾਲ, ਕਿਉਂਕਿ ਟੈਕਨੋਲੋਜੀ ਨੂੰ ਦੌਰ ਹੈ। ਕੁੰਡੀਆਂ ਲਾਹਦੇ ਮਿੱਟੀ ਥੱਲੇ ਲਾਹਦੇ ਚਲੀ ਜਾਣੀ, ਗੀਟੇ ਜਿਹੜੇ ਹੋਣੇ ਜੀ ਉਹ ਛੋਟੇ ਉਹ ਗੀਟੇ ਥੱਲੇ ਸਾਰੇ ਇਸਨੇ ਜੋ ਇਹ ਚਲੀਆਂ ਹਨ ਖੁਰਾਕ ਇਸਨੇ ਇਸਨੇ ਨੂੰ ਦਾਣੇ ਉਸੇ ਤਰ੍ਹਾਂ ਉਹ ਜਿਸ ਤਰ੍ਹਾਂ ਦਾਣੇ ਪੀਣੇ ਹੋਣੇ ਉਸੇ ਤਰ੍ਹਾਂ ਮਸ਼ੀਨ ਹੋਣੀ ਹੈ। ਅਤੇ ਟੈਕਨੋਲੋਜੀ ਜਿਹੜੀ ਹੈ ਉਸਕੀ ਯੂਜ਼ ਕਰਨਾ ਚਾਹੀਦਾ, ਅਤੇ ਹਕੂਮਤ ਕੀ ਵੀ ਚਾਹੀਦਾ ਜੀ ਕਿ ਆਪਣਾ ਸਸਤੀਆਂ ਚੀਜ਼ਾਂ ਕਿਸਾਨ ਜਾਂ ਜ਼ਮੀਨਦਾਰ ਹੈ ਜਿਹੜੇ ਕਾਸ਼ਤਕਾਰ ਹੈ ਉਹਨਾਂ ਕੋਲ ਨਾ ਕਿਣੇ। ਬੜਾ ਮੁਸ਼ਕਲ ਨਾਲ ਇਹ ਚੀਜ਼ਾਂ ਇੱਥੇ ਤੱਕ ਪਹੁੰਚਣੀਆਂ ਹਨ, ਬੜੀ ਮਹਿੰਗਾਈ ਵੀ ਹੈ। ਯੂਰੀਆ ਜਿਹੜੀ ਹੈ ਉਹ 11, 12, 13, 1400 ਰੁਪਈਆ, ਇਸੇ ਤਰ੍ਹਾਂ ਦੂਜੀਆਂ ਖਾਦਾਂ ਜਿਹੜੀਆਂ ਆ ਉਹ ਵੀ ਹਕੂਮਤੀ ਰੇਟ ਉੱਪਰ ਤਾਂ ਕੋਈ ਨਹੀਂ ਦੇਣਾ ਨਾ, ਅਤੇ ਨਾ ਹਕੂਮਤ ਇਤਨਾ ਕਿਸੇ ਜਾ ਉਹ ਇੰਪਲੀਮੈਂਟ ਕਰੀ ਸਕੇਗੀ ਬਾਈ ਵਾਕਈ ਇਹ ਚੀਜ਼ ਇਤਨੀ ਹੋਣੀ, ਕਿਉਂਕਿ ਜਿਤਨੇ ਇਸਨੇ ਤਾਜਰ ਵੀ ਹੋਣੇ ਹਨ ਸਾਰੇ, ਗੰਦਮ ਕਿੰਨੇ ਵਾਲੇ ਵੀ ਹਕੂਮਤ ਨੇ ਆਉਣੇ, ਖਾਦਾਂ ਵੇਚਣੇ ਵਾਲੇ ਵੀ ਹਕੂਮਤ ਨੇ ਆਉਣੇ, ਅਤੇ ਮਿਲੀ ਮਿਲਾਈ ਅਤੇ ਮਹਿਕਮੇ ਵਾਲਿਆਂ ਨਾਲ ਵੀ ਸਾਰੇ ਮਜ਼ੇ ਮਜ਼ੇ ਨਾਲ ਖਾਣੇ ਨੇ ਪਏ। ਅਤੇ ਕਿਸਾਨ ਕਹਿ ਕਰੇ ਜੀ, ਜ਼ਮੀਨਦਾਰ ਕਹਿ ਕਰੇ ਇਸਨੇ ਵਿੱਚ ਦੱਸੋ ਤੁਸੀਂ। ਅਤੇ ਮਾਸ਼ਾਅੱਲਾ ਜੀ ਇਹ ਤਕੋ ਨਾ ਹੁਣ ਬਵਾਈ ਤੂੰ ਗਿਣੀ ਅਤੇ ਅੰਦਰ ਕੂਲੀ ਵਿੱਚ ਬਾਹਣੇ ਜੀਆਂ, ਤੁਸਾਂ ਇਹ ਤੱਕ ਹੀ ਗਿਣੋ ਕਿ ਤਮਾਮ ਪੈਸੇ ਉਹ ਖੁਦ ਕਿਸਾਨ ਦੇਣਾ ਹੈ ਪਿਆ। ਕਮਾਲ ਦੀ ਟੈਕਨੋਲੋਜੀ ਇਸ ਮੁਲਕੇ ਨਹੀਂ ਬਣੀ ਹੈ ਜੀ। ਔਰ ਮੈਂ ਇੱਥੇ ਨੇ ਲੋਕਾਂ ਦੀ ਦਾਤ ਦੇਣਾ ਜਿਹੜੇ ਸਾਡੇ ਪਾਕਿਸਤਾਨੀ ਹੈ, ਬੀਇੰਗ ਪਾਕਿਸਤਾਨੀ, ਯਾਨੀ ਕਿ ਓਵਰਆਲ ਜਿੱਥੇ ਵੀ ਹੈ ਪਾਕਿਸਤਾਨੀ ਹੈ ਜੀ, ਪੂਰਾ ਮੁਲਕ ਸਾਡਾ ਪਾਕਿਸਤਾਨ ਹੈ, ਤਾਂ ਕੈਸੇ ਸੋਹਣੇ ਸਾਫ ਹੋਈ ਜਾਣ। ਅਤੇ ਮੁਖਤਲਿਫ ਚੀਜ਼ਾਂ ਹਨ, ਦੇਖੋ ਪੰਜਾਬ ਵਿੱਚ ਜ਼ਿਆਦਾ ਗੰਦਮ ਹੋਣੀ ਹੈ ਪੀ, ਫਿਰ ਇਸੇ ਤਰ੍ਹਾਂ ਕੇ ਪੀ ਕੇ ਉਸਨੇ ਵਿੱਚ ਫਰੂਟ ਜ਼ਿਆਦਾ ਆਉਣਾ ਹੈ ਪਿਆ, ਸਿੰਧ ਹੈ ਸਬਜ਼ੀਆਂ ਜ਼ਿਆਦਾ ਉੱਥੇ ਆਉਣੀਆਂ ਪਈਆਂ, ਅੰਬ ਜ਼ਿਆਦਾ ਹੋਣੇ ਪਏ, ਇਸੇ ਤਰ੍ਹਾਂ ਪੰਜਾਬ ਵਿੱਚ ਵੀ ਅੰਬ ਜ਼ਿਆਦਾ ਹੋਣੇ ਪਏ, ਬਲੋਚਿਸਤਾਨ ਤੋਂ ਨਾ ਗੈਸ ਪੈਦਾ ਕਰਨਾ ਹੈ ਪਿਆ, ਇਸਨੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉੱਥੋਂ ਫਰੂਟ ਸਬਜ਼ੀਆਂ ਵੀ ਬਹੁਤ ਸਾਰੀਆਂ ਅਛਣੀਆਂ ਪਈਆਂ। ਅਤੇ ਇਸੇ ਤਰ੍ਹਾਂ ਅੱਪਰ ਇਲਾਕਾ ਜਿਹੜਾ ਸ਼ਿਮਾਲੀ ਇਲਾਕਾ ਜਾਤ ਉਸਨੇ ਜੋ ਕਾਫੀ ਸਾਰੀ ਇਸੇ ਤਰ੍ਹਾਂ ਆਪਣਾ ਪੂਰਾ ਮੁਲਕ ਸਾਰਾ ਜਿਹੜਾ ਨਾ ਇਨਕਲੂਡਿਡ ਆਜ਼ਾਦ ਜੰਮੂ ਕਸ਼ਮੀਰ ਵੀ ਮਿਹਨਤੀ ਲੋਕ ਹੈ ਸਾਰੇ, ਮਿਹਨਤ ਕਰਨੇ ਨੇ ਵੀ ਤਾਂ ਜਾਈਦੇ ਹੋਣਾ ਦੱਸਦੇ ਨੇ। ਮਕਸਦ ਇਹ ਸੀ ਕਿ ਤਾਂ ਅਸਾਂ ਆਖਰ ਪਰ ਪਹਿਲੇ ਕਿਤਨੀ ਸਾਡੀ ਉਹ ਮਿਹਨਤ ਹੋਣੀ ਹੋਣੀ ਸੀ ਕਿ ਫਿਓ ਨਾਲ ਡਰਨੇ ਸੇ ਹਾਂ, ਯਾਨੀ ਗਾਹ ਹੋਣੇ ਸੇ, ਫਿਰ ਉਸ ਤਰ੍ਹਾਂ ਫਲੇ ਫੇਰਨੇ ਸੇ ਪੂਰੀ ਦਿਆਲ, ਫਿਰ ਹਫ਼ਤਾ ਲਾਈ ਤੁਸੀਂ ਡਰਨੇ ਸੇ ਹਾਂ, ਫਿਰ ਦਾਣੇ, ਫਿਰ ਉਹ ਦਾਣੇ ਉਸ ਤਰ੍ਹਾਂ ਸਾਫ਼ ਸਾਰੀਆਂ ਜਿਹੜੀਆਂ ਮਾਵਾਂ ਭੈਣਾਂ ਹੋਣੀਆਂ ਸੀ ਉਹ ਕਰਨੀਆਂ ਹੋਣੀਆਂ ਸੀਆਂ। ਅਤੇ ਲੇਕਿਨ ਇਹ ਤਾਂ ਇਹ ਹੁਣ ਜਦੀਦ ਦੌਰ ਪੈਸੇ ਥੋੜ੍ਹੇ ਲਈ ਜਾਣ, ਲੇਕਿਨ ਇਹ ਤਾਂ ਦਾਣੇ ਕਿਤਨੇ ਸੋਹਣੇ ਸਾਫ ਨਿਕਲੇ ਨੇ। ਉਹ ਫਿਰ ਅਸਾਂ ਇਹੀ ਆਖਣੇ ਹੋਣੇ ਜੀ ਕਿ ਕਮਾਲ ਹੀ ਹੋਈ ਗਿਆ, ਅਤੇ ਜਮਾਲ ਹੀ ਜੀ ਕਮਾਲ ਹੈ ਜਨਾਬ। ਅਤੇ ਇਹ ਤਾਂ ਹੋਰ ਕੁੰਡੀ ਲਾਹਦੇ ਜਾਣੀ ਪਈ, ਮਿੱਟੀ ਜਿਹੜੀ ਸੀ ਨਾ ਮਿੱਟੀ ਦੋ ਜਗ੍ਹਾ ਤੋਂ, ਬਲਕਿ
ਅਤੇ ਅੱਗੇ ਜਿਹੜਾ ਜਿਸ ਤਰ੍ਹਾਂ ਉਹ ਮਸ਼ੀਨ ਗਾਣੇ ਵਾਲੀ ਹੋਣੀ, ਇਸ ਤਰ੍ਹਾਂ ਉਹ ਪੱਖਾ ਵੀ ਵਿੱਚ ਲਗਾ ਵਾ। ਇਹ ਤਾਂ ਉਹਨੇ ਇੱਥੇ ਥੱਲੇ ਤੂੰ ਮਿੱਟੀ ਹੈ ਟੈਣ ਟੈਣੀ ਦੀ ਥੱਲੇ, ਅਤੇ ਅੱਗੇ ਜਿੱਥੇ ਟਾਇਰ ਲਗਾ ਇਸ ਜਗ੍ਹਾ ਤੂੰ ਵੀ ਟੈਣੀ ਹੈ। ਅਤੇ ਇਹ ਅੱਗੇ ਜਿਹੜਾ ਨਾ ਇਸਨੇ ਮੋਟਰ ਨੇ ਥੱਲੇ ਇਹ ਸੁਰਾਖ ਵੀ ਹੈ ਜਿਸਨੇ ਵਿੱਚੋਂ ਇਹ ਪੋਹ ਜਿਹੜਾ ਜ਼ਿਆਦਾ ਹੋਣਾ ਪੋਹ ਉਹ ਉਸਨੇ ਵਿੱਚੋਂ ਨਿਕਲੀ ਜਾਣਾ ਹੈ। ਅਤੇ ਮੁਖਤਲਿਫ ਮਰਾਇਲ ਹਨ ਇਸਨੇ ਵਿੱਚ, ਲੇਕਿਨ ਇਹ ਹੈ ਕਿ ਉਹ ਆਣੇ ਆਉਣੇ ਪੈਸੇ 'ਤੇ ਲਈ ਜਾਣੇ, ਬਸਤੀ ਚੰਗੀ ਬਣ ਜਾਣੀ। ਇਹ ਕੁੰਡੀਆਂ ਸਾਰੀਆਂ ਤੱਕੋਂ ਨੇ ਸਾਰੀਆਂ ਇੱਥੋਂ ਬਣਨੀਆਂ ਪਈ, ਕਿਉਂਕਿ ਇਸ ਦਫ਼ਾ ਹੋਇਆ ਇਸ ਤਰ੍ਹਾਂ ਇਹ ਮਿੱਟੀ ਤੱਕੋਂ ਇਹ ਜਿਹੜੀ ਹੈ ਜੀ ਇੱਥੋਂ ਵੀ ਮਿੱਟੀ ਹੈ ਨਿਕਲਣੀ ਹੈ, ਵੀ ਇਹ ਜਾਦੂ ਤੌਰ ਕਿਤਨੀ ਮਿੱਟੀ ਬਿਲਕੁਲ ਭੀ ਭਾਈ ਦੁਬਾਰ ਗੜਨੀ। ਇੱਧਰ ਵੀ ਇਹ ਜਿਹੜੀ ਮੋਟੀ ਮੋਟੀ ਮਿੱਟੀ ਹੈ ਤੱਕੋਂ ਕਹਿਣੀ, ਵੀ ਜਿਹੜੀ ਮਿੱਟੀ ਮੋਟੀ ਹੋਣੀ ਨਾ ਫਿਰ ਉਸਕੀ ਉਹ ਭੰਨੀ ਹੈ ਅਤੇ ਫਿਰ ਇਸ ਤੋਂ ਬਾਹਰ ਨਿਕਲੀ ਰਹਿਣੀ। ਇਹ ਵੀ ਨਾਲ ਅਪਰੂ ਇਥੋਂ ਇਹ ਦਾਣੇ ਵੀ ਟਹਿਣੇ ਰਹਿਣੇ, ਅਤੇ ਇਸ ਫਿਰ ਬਾਅਦ ਵਿੱਚ ਇਸਨੇ ਬਾਈ ਜੋੜੋ ਤੇ ਵੀ ਸਾਫ਼ ਹੋਈ ਜਾਣੀ। ਅਤੇ ਇਸ ਨਾਲ ਫਾਇਦਾ ਇਹ ਹੈ ਜੀ ਕਿ ਇੱਕ ਮੋਟਰ ਚੱਲਣੀ ਹੈ ਔਰ ਦਾਣੇ ਸਾਫ਼ ਹੋਈ ਜਾਣ, ਇਹ ਬਹੁਤ ਸਾਰੀਆਂ ਸਹੂਲਤਾਂ ਹੋਈ ਗਈਆਂ। ਅਸਾਂ ਇਹ ਆਉਣੇ ਹਾਂ ਜੀ ਕਿ ਜਿਹੜੀ ਵੀ ਚੀਜ਼ ਵੈ ਇਹ ਹੁਣ ਖੁਦ ਮੈਂ ਆਪੂ ਦਾਣੇ ਸਾਫ਼ ਕਰਨਾ ਉਹਦੇ, ਅਤੇ ਅਸਾਂ ਵੀ ਤਾਂ ਹੁਣ ਕਰੀ ਸਕਦੇ ਹਾਂ ਜੀ, ਕੰਮ ਸਾਰੇ ਨਾਲ ਨਾਲ ਕਰਨੇ ਆ। ਅਤੇ ਸੁਜਾਦ ਹੋਰੇ ਉਹ ਦੁਬਈ ਤੋਂ ਸਾਡੀ ਖਿਦਮਤ ਕਰਨੇ ਪਏ ਜੀ, ਅਰਸਾ 30 ਸਾਲ, ਅੱਲਾਹ ਤਾਲਾ ਉਹਨੂੰ ਸਿਹਤ ਔਰ ਜ਼ਿੰਦਗੀ ਅਤਾ ਫਰਮਾਇਆ ਜੀ। ਔਰ ਜਿੱਥੇ ਜਿੱਥੇ ਦੋਸਤ ਹੋ ਅਹਿਬਾਬ ਰਿਸ਼ਤੇਦਾਰ ਸਾਰੇ ਜਿੱਥੇ ਜਿੱਥੇ ਵੀ ਹੈ ਜੀ, ਅੱਲਾਹ ਤਾਲਾ ਸਾਰੇ ਸਲਾਮਤ ਰੱਖੇ ਔਰ ਕਾਇਮ ਔਰ ਦਾਇਮ ਰੱਖੇ, ਔਰ ਰਿਜ਼ਕੇ ਹਲਾਲ ਅੱਲਾਹ ਤਾਲਾ ਨੇ ਜ਼ਾਰ ਇਤਨਾ ਦੈ ਸਾਰੇ ਕਿ ਸਾਂਭੀ ਨਾ ਕੀ ਸਕੇ। ਅਤੇ ਇਸ ਰਿਜ਼ਕੀ ਸਾਰਿਆਂ ਤੋਂ ਪਹਿਲੇ ਦੋਸਤੋ ਕਿ ਜਿਹੜਾ ਉਸ਼ਰ ਹੈ ਉਹ ਲਾਜ਼ਮੀ ਹੈ, ਜਿਸ ਤਰ੍ਹਾਂ ਜ਼ਕਾਤ ਲਾਜ਼ਮੀ ਹੈ ਇਸ ਤਰ੍ਹਾਂ ਉਸ਼ਰ ਲਾਜ਼ਮੀ ਹੈ। ਜਿਹੜਾ ਉਸ਼ਰ ਤੁਸੀਂ ਇੱਕ ਵਾਰ ਚਾਹੀਦਾ ਸੋ, ਅਤੇ ਅਗਲੇ ਸਾਲ ਤੁਸੀਂ ਤੱਕਿਆ ਕਿ ਅੱਲਾਹ ਤਾਲਾ ਦੀ ਜ਼ਾਤ ਤੁਸਾਂ ਨੇ ਰਿਜ਼ਕੀ ਬਰਕਤ ਕਿੱਥੇ ਬਣੀ, ਲੇਕਿਨ ਇਹ ਨੀਅਤ ਰੱਖਣੀ ਹੈ ਕਿ ਅਸਾਂ ਉਸ਼ਰ ਜ਼ਰੂਰ ਦੇਣਾ ਹੈ। ਅਤੇ ਜਿਹੜਾ ਉਸ਼ਰ ਚਾਹੀਦਾ ਸੋ ਤਾਂ ਫਿਰ ਤੁਸਾਂ ਜੇ ਇਸ ਸਾਲ ਤੁਸਾਂ ਨੇ 10 ਮਨ ਦਾਣੇ ਹਨ ਤਾਂ ਅਗਲੇ ਸਾਲ ਤੁਸਾਂ ਨੇ 20 ਮਨ ਦਾਣੇ ਇਨਸ਼ਾਅੱਲਾ ਹੋਈ ਜਾਂ। ਅਤੇ ਇਹ ਚੀਜ਼ਾਂ ਹੀ ਇਸਨੇ ਵੀ ਸਾਰੇ ਸਰਦਾਰ ਹੋਣੇ ਨੇ, ਤਾਂ ਕੁੱਲ ਚਰਿੰਦ ਪਰਿੰਦ ਇਨਸਾਨ ਤਾਂ ਹੈ ਨਹੀਂ ਹੈ, ਲੇਕਿਨ ਇਸਨੇ ਵੀ ਤਮਾਮ ਮਖਲੂਕਾਤ ਜਿਤਨੀ ਅੱਲਾਹ ਨੇ ਜ਼ਾਤ ਪੈਦਾ ਕੀਤੀ ਹੈ ਉਹ ਇਸਨੇ ਵੀ ਸਾਰੇ ਹਿੱਸੇਦਾਰ ਹਨ, ਉਹ ਪੂਰਾ ਸਾਲ ਖਾਣੇ ਰਹਿਣੇ। ਇਹ ਤੱਕੋਂ ਨਾਲ ਨਾਲ ਜਿਹੜੀ ਮੋਟੀ ਮੋਟੀ ਕੁੰਡੀ ਕੱਢੀ, ਅਤੇ ਫਿਰ ਇਹ ਤੱਕੋਂ ਜਨਾਬ ਜੀ ਮਾਸ਼ਾ ਅੱਲਾਹ ਜਿਸ ਤਰ੍ਹਾਂ ਸਾਫ਼ ਹੋਣੇ ਹਨ, ਆਖਣੇ ਹੋਣੇ ਨਾ ਮੋਤੀਆਂ ਹਰ ਸਾਫ਼ ਕਰੀ ਜੁੜੇ। ਵਾਹ ਜੀ ਵਾਹ, ਮਾਸ਼ਾ ਅੱਲਾਹ, ਅੱਲਾਹ ਤਾਲਾ ਸਾਰਿਆਂ ਦੀ ਜਿਹੜਾ ਰਿਸਕ ਹੈ ਉਹ ਵਸੀ ਦੇ, ਅੱਲਾਹ ਤਾਲਾ ਸਾਰਿਆਂ ਨੇ ਦਸਤਰਖਾਨ ਜਿਹੜੇ ਉਹ ਵਸੀ ਕਰੇ, ਤਾਂ ਕਿ ਦੁਨੀਆ ਖਾਣੀ ਵੀ ਜਾਏ ਤਾਂ ਅੱਲਾਹ ਦੀ ਜ਼ਾਤ ਉਸ ਬੰਦੇ ਦੀ ਵੀ ਹੋਰ ਲੈਣੀ ਹੈ। ਅਤੇ ਸਭ ਤੋਂ ਬੜੀ ਚੀਜ਼ ਇਹੀ ਹੈ ਜੀ ਕਿ ਹਕੂਕ ਅਲਾਬਾਦ ਬੰਦਿਆਂ ਨੇ ਜਿਹੜੇ ਹੱਕ ਹੈ ਹਕੂਕ ਹੈ, ਹਾਲੀ ਇਹ ਹੀ ਨਹੀਂ ਹੈ ਕਿਸੇ ਕਿ ਤੁਸੀਂ ਅੱਲਾਹ ਦੀ ਰਾਹ ਵਿੱਚ ਖਾਲੀ ਪਿਆਰ ਮੁਹੱਬਤ ਨਾਲ ਖਾਲੀ ਤੱਕੀ ਛੋੜਨੇ ਹੋ, ਬੁਲਾਈ ਛੋੜਨੇ ਹੋ, ਤਾਂ ਇਸਨੇ ਤੁਹਾਨੂੰ ਬੜੀ ਗੱਲ ਕੋਲ ਨਹੀਂ ਹੋਣੀ। ਦੇਸ਼ ਅੱਲਾਹ ਦੀ ਰਾਤ ਦੇਣੀ ਇਨਸਾਨ ਵਿੱਚ ਇਤਨੀ ਹਿੰਮਤ ਹੀ ਨਹੀਂ ਹੈ ਕਿ ਇੱਕ ਟਾਈਮ ਕੁਛ ਅੱਗੇ ਦੇ ਤਾਂ ਦੂਏ ਟਾਈਮ ਫਿਰ ਦੇ, ਇਹ ਕਦੇ ਵੀ ਨਹੀਂ ਸਕਦੇ। ਅਤੇ ਕੋਸ਼ਿਸ਼ ਅਸਾਂ ਇਹ ਕਰਨੇ ਰਹਿਣੀ ਆ ਕਿ ਜਿਹੜੀ ਕੋਈ ਚੀਜ਼ ਅਸਾਂ ਖੁਦ ਆਪੂ ਕਰਨੇ ਆਏ ਉਹ ਤੁਸੀਂ ਨਾਲ ਦੱਸਣੇ ਰਹੀਏ। ਅਤੇ ਇਨਸ਼ਾਅੱਲਾ ਤੁਸਾਂ ਕਿ ਅਗਲੀ ਜਿਹੜੀ ਵੀਡੀਓ ਸੀ ਉਹ ਤੁਸਾਂ ਕਿ ਇਸ ਇਲਾਕੇ ਦੀ ਸੈਰ ਵੀ ਹੋ ਸੀ ਜੀ,
ਜਿਹੜਾ ਨਵਾਂ ਪੁੱਲ ਸਲਗਰਾਂ ਕੋਲ ਬਣਿਆ ਉੱਥੇ ਵੀ ਤੁਸੀਂ ਜੋਸਾਂ ਸੈਰ ਵੀ ਕਰਾਸਾਂ। ਅਤੇ ਇਹ ਮਕਸਦ ਇਹ ਸੀ ਕਿ ਤੁਸਾਂ ਇਤਨੇ ਪੈਸੇ ਕੋ ਨਹੀਂ ਲੱਗਣੇ ਅਤੇ ਇਹ ਮਸ਼ੀਨ ਜਿਹੜਾ ਲਾਈ ਤਾਂ ਫਟੋਫਟ ਦਾਣੇ ਸਾਫ਼ ਹੋ ਜਾਣੇ ਅਤੇ ਨਾਲੇ ਕੂੜੀਆਂ ਵੀ ਬਹੋ ਅਤੇ ਨਾਲੇ ਉਸ਼ਰ ਵੀ ਦਿਓ ਅਤੇ ਆਪੂ ਵੀ ਪਿਆਈ ਦਿਖਾਓ ਜੀ।